ਕੀ ਹੋਇਆ ਮਾਮਲਾ, ਕੀ ਗੱਲ ਹੋਈ ਹੈ? ਮਾਮਲਾ ਇੱਦਾਂ ਜੀ, ਸਿਰਫ ਪੇੜ ਤੇ ਇਹਦੇ ਅੰਦਰ ਹੀ ਸੀ ਤੇ ਇਹ ਨਾ ਸਾਰੇ 20-25 ਬੰਦੇ ਇਕੱਠੇ ਹੋਏ ਆ, ਇੱਕ ਸ਼ਾਦੀ ਸੁਣਾ ਲਈ ਆਏ ਆ ਤੇ ਮਤਲਬ 30 ਤੋਂ ਵੱਧ ਹੀ ਕਾਫੀ ਸਾਰੇ ਲੋਕ ਹੈਗੇ ਸੀ ਤੇ ਇਹਨਾਂ ਨੂੰ ਸਾਨੂੰ ਕੁਛ ਨੀ ਪਤਾ ਲੱਗਾ ਕੀ ਹੋ ਰਿਹਾ ਵਾ ਕਿੱਦਾਂ ਨਹੀਂ। ਇਹ ਆਏ ਆ, ਇਹਨਾਂ ਦੇ ਉੱਥੇ ਅੰਦਰ ਹੀ ਜਿਵੇਂ ਬੈਸਬਾਲ ਥੋੜੇ ਪਾਇਆ ਸੀ ਹਨਾ ਸਮਾਨ, ਇਹਨਾਂ ਨੇ ਉਹੀ ਚੁੱਕ ਕੇ ਮਤਲਬ ਮਾਰਨਾ ਸ਼ੁਰੂ ਕੀਤਾ, ਸਾਰਾ ਲੱਕ ਸੋਚਿਆ ਲੜਕੇ ਬਹੁਤ ਜ਼ਿਆਦਾ। ਉਸ ਲੜਕੇ ਦੀ ਵੀ ਇਹੀ ਹਾਲਤ ਆ, ਈਵਨ ਕਿ ਉਹਦੇ ਕੁਛ ਵੱਜਾ, ਉਹਨੂੰ ਦਾਤਰ ਮਾਰਿਆ ਕੁਛ ਇਸ ਟਾਈਪ, ਉਹਦੇ ਉੱਤੇ ਪੂਰਾ ਜ਼ਖਮ ਆ ਭਰਿਆ ਪੂਰਾ, ਔਰ ਉਹਦੀ ਵੀ ਸਾਰੀ ਸੁੱਜੇ ਹੋਇਆ ਲੱਕ। ਕਿੰਨੇ ਜਾਣੇ ਤੇ ਕਿੰਨੇ ਸਾਥੀ ਜ਼ਖਮੀ ਕੀਤਾ? ਅਸੀਂ ਤੇ ਕੁਛ ਨਹੀਂ, ਤੇ ਸਾਰੇ 3-4 ਜਣੇ ਮੁੰਡੇ ਬਸ। ਸਾਰੇ ਸੱਟਾਂ ਲੱਗੀਆਂ? ਹਾਂਜੀ, ਔਰ ਅਸੀਂ ਤਾਂ ਕਿੰਨੇ ਸ਼ੁਕਰ ਆ ਰੱਬ ਦਾ, ਉੱਥੇ ਔਰਤਾਂ ਵੀ ਹੈਗੀਆਂ ਸੀ ਉਹ ਬਚ ਗਈਆਂ ਨੇ, ਪਰ ਸਾਡੇ ਉੱਤੇ ਉਹਨਾਂ ਨੇ ਜਾਨਲੇਵਾ ਹਮਲਾ ਕੀਤਾ। ਕਿੰਨੇ ਕੁ ਬੰਦੇ ਸੀ? ਉਹ 30-35 ਲੋਕ ਹੈਗੇ। ਠੀਕ, ਮਤਲਬ 30-35 ਤਾਂ ਹੈਗੀ ਸੀ ਨਾ। ਠੀਕ, ਸਾਰੇ ਉੱਤੇ ਉਹਨਾਂ ਰਲ ਕੇ ਹਮਲਾ ਕੀਤਾ ਸਾਰੇ ਨੇ ਸਾਡੇ। ਠੀਕ, ਹਾਂਜੀ। ਇਹ ਰਹੀ ਹੈ ਚਰਚ ਦੀ ਗੱਲ? ਐਪਲੀਕੇਸ਼ਨ ਦਿੱਤੀ ਸੀ, ਜੋ ਐਪਲੀਕੇਸ਼ਨ ਐਸਐਚਓ ਬਿਆਸ ਨੂੰ ਮੂਵ ਕਰ ਦਿੱਤੀ ਆ ਤੇ ਜੋ ਵੀ ਫੈਕਟ ਸਾਹਮਣੇ ਆਣਗੇ ਉਹਦੇ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਉਹਨਾਂ ਦੀ ਲੈ ਦਿੱਤੀ ਜਾਏਗੀ। ਵੈਸੇ ਕੀ ਲੱਗਦਾ ਜੀ ਇਸ ਮਸਲੇ ਵਿੱਚ? ਵੈਸੇ ਦੇਖੋ, ਮੇਰੇ ਕੋਲ ਤਾਂ ਦਰਖਾਸਤ ਹੀ ਆਈ ਸੀਗੀ, ਠੀਕ ਹੈ, ਪਰ ਮੌਕੇ ਤੇ ਐਸਐਚਓ ਸਾਹਿਬ ਗਏ ਨੇ, ਉਹ ਹਲੇ ਇਹਨੂੰ ਪੜਤਾਲ ਕਰ ਰਹੇ ਨੇ, ਔਰ ਇਹ ਪੜਤਾਲ ਹਜੇ ਅੰਡਰ ਇਨਵੈਸਟੀਗੇਸ਼ਨ ਹੈ, ਹਜੇ ਮੇਰੇ ਕੋਲ ਪ੍ਰੋਪਰ ਫੈਕਟਸ ਨਹੀਂ ਆਏ, ਜਦੋਂ ਆ ਜਾਣਗੇ ਕਲੀਅਰ ਹੋ ਜਾਏਗਾ। ਸਤਿ ਸ਼੍ਰੀ ਅਕਾਲ, ਪਲੀਜ਼ ਸਾਡੇ ਚੈਨਲ ਸਾਂਝਾ ਪੰਜਾਬ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਯੂਟਿਊਬ ਤੇ।